बारिश हुई है इत्थे दीनानगर दे विच, और दीनानगर दे असीं पनियाड़ मंडी दे विच खड़े हाँ। तुसीं इत्थे देख सकते हो मेरे नाल कि काफ़ी जिहड़ी फसल है जिहड़ी आड़तियां वल्लों जिहड़ी बोरियां दे विच पाई गई है, और काफ़ी जिहड़ी है ये जिहड़ी गिल्लियां हो चुकी है, और जिहड़ा हज़ारां दे टन है जिहड़ा इत्थे माल है जिहड़ा लग्या होया। और जे देखा जाए तो प्रबंधां दी गल, प्रबंधां दी वी जिहड़ी इत्थे काफ़ी जिहड़ी कमी है जिहड़ी देखण नूं नज़र आई है। प्रबंध नहीं हैगे पूरे इहदे यार, इन्ने माल नूं कित्थों प्रबंध करिए, देखना मेरा भी किन्ना माल है, ठीक नहीं, कित्थों प्रबंध करिए इन्ना। अच्छा, 40-40 50-50 लाख रुपया साडा सैलां ते पहला फसिया आ, ठीक है, पर ठीक है साडी तो सुननी नहीं कहने। ओके, पता नहीं अहीं एर आर तां विचों 10 रुपए बचना जां 50 रुपए बचना, फिर अहीं रोटी बच्चियां नूं देनी जाके, ठीक है, अहीं साडा रोजी रोटी है, बस होर अहीं की कह सकदे इहदे बारे। समस्या की आ रही है फिर तुहानूं? समस्या लोडिंग दी। अच्छा, समस्या लोडिंग दी महाराज। हाँ, तुहाडे सामने भी इस ट्रैक सानूं की लोड़ है कराउण दी, गड्डी आए गड्डी भर के भेजिए, गल खत्म। कदों तों आ रही तुहानूं समस्या? ਜਦੋਂ ਦੀ ਫੋਕਲ ਬਣ ਬਣਿਆ। ਪਰ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਲੋਡਿੰਗ ਵੀ ਬੜੀ ਵਧੀਆ ਹੋ ਰਹੀ ਹੈ ਅਤੇ ਅਨਲੋਡਿੰਗ ਵੀ ਬੜੀ ਵਧੀਆ ਚੱਲ ਰਹੀ ਹੈ। ਦੇਖੋ ਮੇਰੀ ਗੱਲ ਸੁਣੋ, ਸਰਕਾਰ ਆਪਣੀ ਜਗ੍ਹਾ ਠੀਕ ਹੋਏਗੀ, ਜੋ ਤੁਹਾਨੂੰ ਲੱਭ ਰਿਹਾ ਤੁਹਾਡੇ ਸਾਹਮਣੇ ਲੱਭ ਰਿਹਾ, ਤੁਸੀਂ ਤਾਂ ਦੇਖ ਰਹੇ ਨਹੀਂ, ਸਰਕਾਰ ਆਪਣੀ ਜਗ੍ਹਾ ਠੀਕ ਹੋਏਗੀ। ਸਰ ਕਿਸੇ ਦਾ ਤਵਾ ਕਿਉਂ ਲਾਈਏ, ਗੱਲ ਹੁੰਦੀ ਹੈ ਸਿੱਧੀ ਜੀ, ਕਿਸੇ ਦਾ ਤਵਾ ਨਹੀਂ ਅਸੀਂ ਲਾਉਣਾ ਚਾਹੁੰਦੇ, ਪਰ ਸਾਡੇ ਲਈ ਤੁਸੀਂ ਦੇਖ ਸਕਦੇ ਹੋ ਵੀ ਤੁਹਾਡੇ ਸਾਡੀ ਸਮੱਸਿਆ ਕੀ ਹੈ। ਕਿੰਨਾ ਨੁਕਸਾਨ ਹੋ ਰਿਹਾ ਤੁਹਾਡਾ ਇਹਦੇ 'ਚ? ਅੱਜ ਜਿਹੜੀ ਬਾਰਿਸ਼ ਪਈ ਹੈ ਇਹਦੇ ਨਾਲ ਕਿੰਨਾ ਨੁਕਸਾਨ ਹੋਇਆ? ਇਹਦੇ ਨਾਲ ਦੇਖੋ ਜੀ, ਜੇ ਤਾਂ ਫਿਲਹਾਲ ਇੱਥੇ ਰੁਕ ਜਾਂਦਾ, ਫਿਰ ਤਾਂ ਸਾਨੂੰ ਲੇਬਰਾਂ ਹੀ ਪੈਣਗੀਆਂ ਵੀ ਬੋਰੀ ਚੇਂਜ ਕਰਾਂਗੇ, ਫਿਰ ਇਹਨੂੰ ਦੜਾ ਮਾਰਾਂਗੇ, ਸੁਕਾਵਾਂਗੇ, ਚਲੋ ਲੇਬਰਾਂ ਨਾਲ ਪੈ ਜਾਏਗੀ ਕੋਈ 10-20 ਹਜ਼ਾਰ 50 ਹਜ਼ਾਰ ਲੇਬਰ ਦਾ ਪੈ ਜਾਏਗਾ, ਅਤੇ ਜੇ ਹੋ ਜਾਂਦਾ ਸਭ ਕੁਝ ਤਾਂ ਫਿਰ ਤਲੂੰਗਰਾਂ ਹੀ ਨਿਕਲਣੀਆਂ। ਇਹ ਕਿੰਨੇ ਆੜਤੀ ਇੱਥੇ ਟੋਟਲ? ਇੱਥੇ ਆੜਤੀ 8 ਹੈ। ਅਤੇ ਸਾਰਿਆਂ ਦੀ ਪਰੇਸ਼ਾਨੀ ਇਹੀ ਹੈ? ਦੇਖ ਲਓ ਜੀ, ਸਾਰਿਆਂ ਦਾ ਹਾਲ ਇਹੀ ਹੈ, ਦੇਖ ਲਓ ਸਾਰੀਆਂ ਮੰਡੀਆਂ ਦੇਖੋ। ਲੋਡਿੰਗ ਨਹੀਂ ਹੋ ਰਹੀ? ਲੋਡਿੰਗ ਅਸੀਂ ਪੱਲੋ ਲੋਡਿੰਗ ਕਰਾ ਰਹੇ ਹਾਂ, ਜਿੰਨੇ ਟਰੈਕਰ ਜਾਂਦੇ ਆ ਅਸੀਂ ਪੱਲੋ ਲੋਡਿੰਗ ਕਰਾਉਂਦੇ ਹਾਂ ਹਰ ਵਾਰ। ਮੈਨੂੰ 2 ਸਾਲ ਦਾ ਕਿਰਾਇਆ ਵੀ ਨਹੀਂ ਮਿਲਿਆ। ਪਿਛਲਾ 2 ਸਾਲ ਦਾ ਤੁਹਾਨੂੰ ਕਿਰਾਇਆ ਨਹੀਂ ਮਿਲਿਆ? ਠੀਕ ਹੈ, ਅਤੇ ਇਸ ਸੰਬੰਧੀ ਤੁਸੀਂ ਆਪਣੇ DC ਸਾਹਿਬ ਨੇ ਕੋਈ ਦੌਰਾ ਨਹੀਂ ਕੀਤਾ ਮੰਡੀਆਂ ਦਾ ਅਜੇ ਤੱਕ? DC ਸਾਹਿਬ ਨੇ ਅੱਜ ਤੱਕ ਬਾਰਿਸ਼ ਤਾਂ ਹੁਣੇ ਲੱਗੀ ਆਈ, ਮੇਰੇ ਸਾਨੂੰ 1/2 ਘੰਟਾ ਹੀ ਹੋਇਆ, ਹੁਣ ਕੱਲ੍ਹ ਆਉਣਗੇ ਵਿਚਾਰੇ, ਉਹਨਾਂ ਦੇ ਅਫਸਰਾਂ ਦੇ ਆਉਣਾ ਹੀ ਆ। ਤੁਸੀਂ ਆਪਣੀ ਸਮੱਸਿਆ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਲਿਆਂਦੀ ਅਜੇ ਤੱਕ, ਜਾਂ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਜਾਂ ਲੋਡਿੰਗ ਦੀ ਹੈ? ਜਾਂ ਜਨਾਬ ਦੇਖੋ, ਜਦੋਂ ਮਾਲ ਖਰੀਦਿਆ ਜਾਂਦਾ ਨਾ ਤਾਂ ਚੰਡੀਗੜ੍ਹ ਤੱਕ ਰਿਪੋਰਟ ਆਉਂਦੀ ਹੈ ਵੀ ਇਸ ਮੰਡੀ 'ਚੋਂ ਕਿੰਨਾ ਮਾਲ ਖਰੀਦਿਆ ਗਿਆ ਅਤੇ ਕਿੰਨਾ ਅਨਲੋਡ ਹੋ ਗਿਆ, ਇਹ ਸਾਰਿਆਂ ਨੂੰ ਪਤਾ ਹੁੰਦਾ। ਸਿਰਫ ਖਾਨਾ ਪੂਰਤੀ ਹੋ ਰਹੀ ਹੈ ਸਰਕਾਰਾਂ ਦੇ ਖਾਤੇ 'ਚ ਇੱਥੇ? ਕਹਿ ਨਹੀਂ ਸਕਦੇ, ਤੁਹਾਡੇ ਸਾਹਮਣੇ ਆ ਜੋ ਹੈ। ਕੀ ਨਾਮ ਕੀ ਆਪਣਾ? ਕਸ਼ਮੀਰ ਸਿੰਘ। ਇਹ ਸਨ ਸਾਡੇ ਨਾਲ ਕਸ਼ਮੀਰ ਸਿੰਘ, ਜਿਹੜੇ ਇੱਥੇ ਪਨਿਆੜ ਜਿਹੜੀ ਦਾਣਾ ਮੰਡੀ ਹੈ ਫੋਕਲ ਪੁਆਇੰਟ ਹੈ ਉਹਦੇ ਆੜਤੀ, ਔਰ ਉਹਨਾਂ ਨੇ ਦੱਸਿਆ ਕਿ ਜਿਹੜੀ ਸਭ ਤੋਂ ਜ਼ਿਆਦਾ ਸਮੱਸਿਆ ਜਿਹੜੀ ਇੱਥੇ ਆ ਰਹੀ ਹੈ ਲੋਡਿੰਗ ਦੀ ਆ ਰਹੀ ਹੈ, ਔਰ ਲੋਡਿੰਗ ਦੇ ਕਾਰਨ ਹੀ ਜਿਹੜਾ ਅੱਜ ਉਹਨਾਂ ਨੂੰ ਕਾਫੀ ਜਿਹੜਾ ਨੁਕਸਾਨ ਹੈ ਜਿਹੜਾ ਝੇਲਣਾ ਪਿਆ ਮੰਡੀਆਂ ਦੇ ਵਿੱਚ। ਕੀ ਸਮੱਸਿਆ ਆ ਰਹੀ ਹੈ ਜਿਹੜੀ ਮੰਡੀ ਦੇ ਵਿੱਚ? ਤੁਸੀਂ ਸਮੱਸਿਆ ਸਰ ਤੁਸੀਂ ਵੇਖ ਰਹੇ ਹੋ, ਲਿਫਟਿੰਗ ਦੀ ਬਹੁਤ ਜ਼ਿਆਦਾ ਸਮੱਸਿਆ, ਲਿਫਟਿੰਗ ਦੀ ਠੇਕੇਦਾਰ ਦਾ ਕੋਈ ਧਿਆਨ ਨਹੀਂ ਹੈ ਮਾਲ ਚੁੱਕਣ ਨਾਲ। ਕੀ ਇਸ ਸੰਬੰਧੀ ਤੁਸੀਂ ਕਿਸੇ ਨਾਲ ਗੱਲ ਨਹੀਂ ਕੀਤੀ? ਗੱਲ ਰੋਜ਼ ਕਰੀ ਜਾਈ, ਕੋਈ ਸੁਣਦਾ ਨਹੀਂ। ਕਿਉਂ ਨਹੀਂ ਸੁਣਦੇ? ਰੋਜ਼ ਕੀਦਾ ਸਾਰਿਆਂ ਨੂੰ ਜੀ, ਕੋਈ ਆਉਂਦਾ ਨਹੀਂ, ਤੁਹਾਡੇ ਸਾਹਮਣੇ ਵੇਖ ਰਹੇ ਤੁਸੀਂ ਬੋਲਣ ਲੱਗੀ ਹਾਂ ਭੇਜਣੀ ਆ। ਕਿੰਨਾ ਕੁ ਨੁਕਸਾਨ ਹੈ ਜਿਹੜਾ ਇੱਥੇ ਮੰਡੀਆਂ ਦੇ ਵਿੱਚ ਐਲੇ ਹੋ ਗਿਆ? ਤੁਹਾਡੇ ਸਾਹਮਣੇ ਨੁਕਸਾਨ ਹੈ ਜਿੰਨਾ ਮਾਲ ਗਿੱਲਾ ਹੋਣਾ। ਇਹ ਜਿਹੜਾ ਪ੍ਰਬੰਧ ਹੈ ਜਿਹੜਾ ਟੱਕਣ ਦਾ, ਇਹ ਸਰਕਾਰ ਉਹਦਾ ਠੇਕੇਦਾਰਾਂ ਦਾ ਹੁੰਦਾ ਕਿ ਜਾਂ ਆੜਤੀਆਂ ਦਾ ਹੁੰਦਾ? ਆੜਤੀ ਟੱਕੇ ਦਾ ਮਾਲ ਹੁੰਦਾ, ਪਰ ਮਾਲ ਦੀ ਲਿਫਟਿੰਗ ਚਾਹੀਦੀ ਨਾਲ ਨਾਲ, ਲਿਫਟਿੰਗ ਦੀ ਕੋਈ ਹੈ ਨਹੀਂ ਹੈ। ਕਦੋਂ ਤੋਂ ਨਹੀਂ ਹੋ ਰਹੀ? ਵਾਹਵਾ ਦਿਨ ਹੋ ਗਏ, ਕਾਫੀ ਦਿਨ ਤੋਂ। ਇਸ ਸੰਬੰਧੀ ਜਿਹੜੇ ਖਰੀਦ ਜਿਹੜੇ ਅਧਿਕਾਰੀ ਆ ਉਹਨਾਂ ਨਾਲ ਵੀ ਤੁਸੀਂ ਗੱਲ ਨਹੀਂ ਕੀਤੀ? ਗੱਲ ਰੋਜ਼ ਹੁੰਦੀ ਹੈ ਮੈਂ ਕਿਹਾ ਸਾਰੇ, ਪਰ ਕੋਈ ਧਿਆਨ ਹੀ ਨਹੀਂ ਕਰਦਾ। ਇਹ ਸਨ ਸਾਡੇ ਨਾਲ ਆੜਤੀ, ਔਰ ਉਹਨਾਂ ਨੇ ਦੱਸਿਆ ਕਿ ਕਾਫੀ ਜਿਹੜੀ ਲਿਫਟਿੰਗ ਦੀ ਸਮੱਸਿਆ ਦੇ ਕਾਰਨ ਹੈ ਜਿਹੜਾ ਅੱਜ ਉਹਨਾਂ ਨੂੰ ਕਾਫੀ ਜਿਹੜਾ ਵੱਡਾ ਜਿਹੜਾ ਨੁਕਸਾਨ ਹੈ ਪਨਿਆੜ ਮੰਡੀ ਦੇ ਵਿੱਚ ਝੇਲਣਾ ਪਿਆ ਆ। ਕੈਮਰਾਮੈਨ ਅਨੁਜ ਦੇ ਨਾਲ ਦੀਪਕ ਕੁਮਾਰ, ਜਗਬਾਣੀ TV, ਦੀਨਾਨਗਰ।